ਇਹ ਗੱਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਸੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਆਂ ਤੀਜੀ ਵਾਰ ਰਾਜ ਸਭਾ ਦੀਆਂ ਪੌੜੀਆਂ ਚੜਨਗੇ ਸਿਮਰਨਜੀਤ ਮਾਨ ਸੰਘਰੂਰ ਜਿਮਨੀ ਚੋਣਾਂ ਨੂੰ ਲੈ ਕੇ ਨਤੀਜੇ ਕੱਲ ਐਲਾਨੇ ਗਏ ਨੇ ਜੀ ਲੋਕ ਸਭਾ ਸੀਟ ਸੰਘਰੂਰ ਭਗਵੰਤ ਮਾਨ ਦੇ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਖਾਲੀ ਹੋਈ ਸੀ ਤੇ ਮੁੱਖ ਮੰਤਰੀ ਬੰਨਨ ਤੋਂ ਬਾਅਦ ਫਿਰ ਭਗਵੰਤ ਮਾਨ ਨੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਇਸ ਜਿਮਨੀ ਚੋਣ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ 253154 ਵੋਟਾਂ ਦੇ ਨਾਲ ਵੱਡੀ ਜਿੱਤ ਹਾਸਲ ਕਰ ਗਏ ਨੇ ਆਮ ਆਦਮੀ ਨੂੰ 247000 300 ਵੋਟਾਂ ਹੀ ਪਈਆਂ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪਤਾ ਨਹੀਂ ਕਿੰਨੇ ਦਿਨਾਂ ਦਾ ਮਹਿਮਾਨ ਹਾ ਮੂਸੇਵਾਲਾ ਕਤਲ ਮਾਮਲੇ ਚ ਕਲੀਨ ਚਿੱਟ ਤੋਂ ਬਾਅਦ ਬੋਲੇ ਮਨਕੀਰ ਤੌਲਖ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਕਲੀਨ ਚਿੱਟ ਮਿਲਣ ਤੋਂ ਬਾਅਦ ਮਨਕੀਰ ਤੌਲਖ ਦਾ ਦਰਦ ਛਲਕਿਆ ਉਹਨਾਂ ਨੇ ਕਿਹਾ ਕਿ ਮੈਨੂੰ ਇੱਕ ਸਾਲ ਤੋਂ ਲਗਾਤਾਰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਨੇ ਮੈਨੂੰ ਨਹੀਂ ਪਤਾ ਕਿ ਮੈਂ ਕਿੰਨੇ ਦਿਨਾਂ ਦਾ ਮਹਿਮਾਨ ਹਾਂ ਮਨਕੀਰ ਤੌਲਖ ਨੇ ਗੈਂਗਸਟਰ ਦਵਿੰਦਰ ਬੰਬੀਹਾ ਤੇ ਗੌਂਡਰ ਗੈਂਗ ਦੇ ਦੋਸ਼ ਲਾਏ ਸਨ ਉਹਨਾਂ ਨੇ ਕਿਹਾ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਵਿੱਚ ਉਹ ਸ਼ਾਮਲ ਹੈ ਉਹ ਗੈਂਗਸਟਰ ਲਾਰੈਂਸ ਦਾ ਬਸ਼ਨੋਈ ਹੈ ਸੋ ਆਲਖ ਨੇ ਕਿਹਾ ਕਿ ਇੱਕ ਦਿਨ ਤਾਂ ਸਾਰਿਆਂ ਨੇ ਚਲੇ ਜਾਣਾ ਇਹਦੀ ਮੈਨੂੰ ਹੁਣ ਮੀਡੀਆ ਵਾਲੇ ਚੰਗਾ ਕਹਿਣ ਲੱਗ ਪਏ ਨੇ ਪਰ ਪਹਿਲਾਂ ਮੈਨੂੰ ਮਾੜਾ ਕਹਿੰਦੇ ਸੀ ਮਨਕੀਰਤ ਆਲਖ ਵਿੱਕੀ ਮਿੱਡੂਖੇੜਾ ਦਾ ਕਰੀਬੀ ਮੰਨਿਆ ਜਾਂਦਾ ਹੈ ਜਿਸ ਦਾ ਪਿਛਲੇ ਸਾਲ ਮਈ ਦੇ ਮੋਹਾਲੀ ਚ ਕਤਲ ਕਰ ਦਿੱਤਾ ਗਿਆ ਸੀ ਸੰਗਰੂਰ ਚੋਣਾ ਤੋਂ ਬਾਅਦ ਸਿਮਰਨਜੀਤ ਮਾਨ ਦੀ ਵਿਗੜੀ ਸਿਹਤ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਨੇ ਡਾਕਟਰ ਉਹਨਾਂ ਦਾ ਚੈੱਕਅਪ ਕਰ ਰਹੇ ਨੇ ਹਾਲੇ ਕੁਝ ਵੀ ਕਹਿਣ ਤੋਂ ਕੋਈ ਵੀ ਖਬਰ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਬੋਰਡ ਦੇ ਵੱਲੋਂ ਜਾਰੀ ਕੀਤਾ ਜਾਵੇਗਾ 12ਵੀਂ ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦਾ ਨਤੀਜਾ ਅੱਜ ਬਾਅਦ ਦੁਪਹਿਰ 3 ਵਜੇ ਐਲਾਨਿਆ ਜਾਵੇਗਾ ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ 28 ਜੂਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਬੋਰਡ ਦੀ ਵੈੱਬਸਾਈਟ ਤੇ ਆਪਣਾ ਨਤੀਜਾ ਦੇਖ ਸਕਦੇ ਹਨ ਬੋਰਡ ਦੇ ਸੂਤਰਾਂ ਦੀ ਮੰਨੀ ਹੈ 27 ਜੂਨ ਨੂੰ ਹੀ ਮੈਰਿਟ ਸੂਚੀ ਜਾਰੀ ਕੀਤੀ ਜਾਵੇਗੀ। ਸੰਗਰੂਰ ਦੇ ਲੋਕਾਂ ਨੇ ਫਾ ਦਾ ਫਤਵਾ ਸਵਾਰ ਪੰਜਾਬ ਦੀ ਤਰੱਕੀ ਲਈ ਕਰਾਂਗਾ ਦਿਨ ਰਾਤ ਕੰਮ ਸੀਐਮ ਭਗਵੰਤ ਮਾਨ। ਸੰਗਰੂਰ ਉਪ ਚੋਣਾਂ ਦੇ ਚੋਣ ਨਤੀਜੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਉਹਨਾਂ ਨੇ ਕਿਹਾ ਜੀ ਮੈਂ ਸੰਗਰੂਰ ਦੇ ਲੋਕਾਂ ਦਾ ਫਤਵਾ ਸਵਿਕਾਰ ਕਰਦਾ ਹਾਂ ਮੈਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਲਈ ਦਿਨ ਰਾਤ ਇਮਾਨਦਾਰੀ ਨਾਲ ਕੰਮ ਕਰਦਾ ਰਹਾਂਗਾ ਤੇ ਕਰਦਾ ਰਹੇਗਾ ਮੈਂ ਤੁਹਾਡਾ ਪੁੱਤਰਾਂ ਤੁਹਾਡੇ ਪਰਿਵਾਰ ਤੇ ਭਵੇਖ ਨੂੰ ਰੌਸ਼ਨ ਕਰਨ ਦੇ ਲਈ ਮੈਂ ਕੋਈ ਕਸਰ ਬਾਕੀ ਨਹੀਂ ਛੱਡਾਂਗਾ। ਰਗਵ ਚੱਡਾ ਨੇ ਵੀ ਕਿਹਾ ਹੈ ਕਿ ਸੰਗਰੂਰ ਦੇ ਫੈਸਲੇ ਨੂੰ ਨਿਮਰਤਾ ਸਹਿਤ ਪ੍ਰਵਾਨ ਕਰਦੇ ਹਾਂ। ਲੋਕਾਂ ਦਾ ਫਤਵਾ ਸਿਰ ਮੱਥੇ ਗੁਰਮੀਤ ਸਿੰਘ ਨੇ ਵੀ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵਧਾਈਆਂ ਆਸ ਕਰਦੇ ਹਾਂ ਕਿ ਉਹ ਜਨਤਾ ਦੇ ਫਤਵੇ ਤੇ ਖਰੇ ਉਤਰਨਗੇ। ਮੂਸੇਵਾਲਾ ਕਤਲकांड ਚ ਨਵਾਂ ਖੁਲਾਸਾ ਫਾਰਚੂਨਰ ਵਾਲਿਆਂ ਨੇ ਸਪਲਾਈ ਕੀਤੇ ਸੀ ਹਥਿਆਰ ਮੂਸੇਵਾਲਾ ਕਤਲकांड ਦੇ ਵਿੱਚ। ਇੱਕ ਨਵਾਂ ਖੁਲਾਸਾ ਹੋਇਆ ਜੀ ਲਾਰੈਂਸ ਬਸ਼ਨੋਈ ਦੇ ਦੋਸਤ ਬਲਦੇਵ ਚੌਧਰੀ ਨੂੰ ਲੈ ਕੇ ਲੋਹੜਾਣਾਪੁਰ ਸਟੰਡ ਤੇ ਗਈ ਸੀ ਪੈਟਰੋਲ ਪੰਪ ਦੀ ਸੀਸੀਟੀਵੀ ਫੁਟੇਜ ਕਬਜ਼ੇ ਦੇ ਵਿੱਚ ਲਈ ਜਿਸ ਤੋਂ ਦਿਖ ਰਿਹਾ ਕਿ ਫੋਰਚੂਨਰ ਕਾਰ ਵਿੱਚ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਸਪਲਾਈ ਕੀਤੇ ਗਏ ਹਨ ਕਾਰ ਚੋਂ ਚਾਰ ਲੋਕ ਦਿਖਾਈ ਦੇ ਰਹੇ ਹਨ ਜਿਨ੍ਹਾਂ ਨੇ ਇਸ ਪੈਟਰੋਲ ਪੰਪ ਤੇ ਤੇਲ ਪਵਾਇਆ ਸੀ ਦੇਖਿਆ ਗਿਆ ਕਿ ਫੋਰਚੂਨਰ ਦਿੱਲੀ ਹੈ ਤੇ ਕਾਰ ਦਾ ਮਾਲਕ ਮਦੇਸ਼ ਚੂ ਰਹਿੰਦਾ ਹੁਣ ਪੁਲਿਸ ਕਾਰ ਦੇ ਮਾਲਕ ਦੀ ਪਾਲ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਸਨੇ ਇਸੇ ਗੱਡੀ ਨੂੰ ਕਿਸ ਨੂੰ ਦਿੱਤਾ ਸੀ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੇ ਰਾਜ ਸਭਾ ਮੈਂਬਰ ਰਾਗਵ ਚੱਡਾ ਦਾ ਆਇਆ ਵੱਡਾ ਬਿਆਨ ਚੋਣ ਨਤੀਜੇ ਸਬਕਾਰ ਬੀਜੇਪੀ ਉਮੀਦਵਾਰ ਕੇਵਲ ਢਲੋਂ ਨੇ ਕਿਹਾ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦੀ ਵਧਾਈ ਦਿੰਦੇ ਹਾਂ ਇਹਨਾਂ ਚੋਣ ਨਤੀਜਾਂ ਜੋ ਜਿੱਤ ਲਈ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੰਦਾ ਹਾਂ ਉੱਥੇ ਉਹਨਾਂ ਤੋਂ ਆਸ ਕਰਦੇ ਕਿ ਉਹ ਲੋਕਾਂ ਦੀਆਂ ਉਮੀਦਾਂ ਤੋਂ ਖਰੇ ਉਤਰਨਗੇ ਕੇਵਲ ਢਲੋਂ ਨੇ ਕਿਹਾ ਕਿ ਚੋਣ ਨਤੀਜਿਆਂ ਨੇ ਸਪਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 3 ਮਹੀਨਿਆਂ ਦੇ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਸਿਮਰਨਜੀਤ ਸਿੰਘ ਮਾਨ ਦੀ ਇਤਿਹਾਸਕ ਜਿੱਤ ਤੇ ਪਰਿਵਾਰ ਨੇ ਮਨਾਈ ਖੁਸ਼ੀ। ਮਾਨਸੂਨ ਅਪਡੇਟ ਆ ਜੀ ਉੱਤਰ ਪ੍ਰਾਤ ਦੇ ਇਹਨਾਂ ਸੂਬਿਆਂ 'ਚ ਕੱਲ ਤੋਂ ਹੋਵੇਗੀ ਭਾਰੀ ਬਾਰਿਸ਼ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ। ਦੇਸ਼ ਦੀ ਰਾਜਸਥਾਨੀ ਦਿੱਲੀ ਦੇ ਵਿੱਚ ਲੱਖਾਂ ਲੋਕ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਮਾਨਸੂਨ ਤੋਂ ਪਹਿਲਾਂ ਹੋਈ ਬਾਰਿਸ਼ ਦੇ ਕਾਰਨ ਤਾਪਮਾਨ 'ਚ ਗਰਾਵਟਾਈ ਆ ਜਿਸ ਤੋਂ ਬਾਅਦ ਲੋਕਾਂ ਨੂੰ ਕੈਰ ਦੀ ਗਰਮੀ ਤੋਂ ਰਾਹਤ ਮਿਲਣ ਦੇ ਨਾਲ-ਨਾਲ ਜ਼ਿਆਦਾਤਰ ਸੂਬਿਆਂ 'ਚ ਮਾਨਸੂਨ ਪਹੁੰਚ ਗਿਆ ਦਿੱਲੀ 'ਚ ਲੋਕ ਇਸ ਦਾ ਇੰਤਜ਼ਾਰ ਕਰ ਰਹੇ ਨੇ ਪਰ ਮੌਸਮ ਵਿਭਾਗ ਦੇ ਮੁਤਾਬਕ ਛੇਤੀ ਹੀ ਲੋਕਾਂ ਨੂੰ ਮੌਨਸੂਨ ਦਾ ਤੋਹਫ਼ਾ ਮਿਲਣ ਵਾਲਾ ਹੈ 27 ਜੂਨ ਦੇ ਆਸ-ਪਾਸ ਮੌਨਸੂਨ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਦੇ ਵਿੱਚ ਦਾਖਲ ਹੋ ਸਕਦਾ ਹੈ ਛੇ ਮੌਸਮ ਪ੍ਰਣਾਲੀਆਂ ਸਰਗਰਮ ਹੋ ਚੁੱਕੀਆਂ ਨੇ YouTube ਤੋਂ ਹਟਾਇਆ ਗਿਆ ਸਿੱਧੂ ਮੂਸੇਵਾਲੇ ਦਾ ਗੀਤ ਐਸਵਾਈਐਲ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਗੀਤ ਐਸਵਾਈਐਲ YouTube ਤੇ ਰਿਲੀਜ਼ ਕੀਤਾ ਗਿਆ ਸੀ ਜੋ ਕਿ ਇੱਕ ਨੰਬਰ ਤੇ ਟ੍ਰੈਂਡ ਕਰ ਰਿਹਾ ਸੀ ਇਸ ਗੀਤ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਇਸ ਤੇ ਸਰਕਾਰ ਨੇ ਵੱਡਾ ਐਕਸ਼ਨ ਲੈਂਦੇ ਹੋਏ ਇਸ ਗਾਣੇ ਨੂੰ YouTube ਪਲੇਟਫਾਰਮ ਤੋਂ ਹਟਾ ਦਿੱਤਾ ਹੈ ਭਾਰਤ ਤੋਂ YouTube ਤੇ ਸਿੱਧੂ ਮੂਸੇਵਾਲੇ ਦਾ SVA ਲਗਾਉਣਾ ਸਰਚ ਕਰਨ ਤੇ this content is not available on this country domain ਲਿਖਿਆ ਆ ਰਿਹਾ ਹੈ ਗੋਲਾ ਬਰੂਧ ਡਿਪੂ ਬਿਆਸ ਦੇ ਨਾਂ ਲੱਗਦੀ ਜ਼ਮੀਨ ਵਿੱਚ ਡੇਰਾ ਬਿਆਸ ਦੇ ਵਿਰੋਧ ਦੇ ਬਾਵਜੂਦ ਨਿਸ਼ਾਨਦੇਹੀ ਸ਼ੁਰੂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਗੋਲਾ ਬਰੂਧ ਡਿਪੂ ਬਿਆਸ ਦੇ ਨਾਂ ਲੱਗਦੀ ਡੇਰਾ ਬਿਆਸ ਦੀ ਕੰਦ ਤੇ ਹੋਰ ਉਸਾਰੀਆਂ ਜੋ ਕਿ 1000 ਮੀਟਰ ਦੇ ਘੇਰੇ ਵਿੱਚ ਆਉਂਦੀਆਂ ਹਨ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਕਾਰਵਾਈ ਕਰਨ ਦੇ ਲਈ ਡਿਪਟੀ ਕਮਿਸ਼ਨਰ ਅਮਰਤਸਰ ਨੂੰ ਨਿਰਦੇਸ਼ ਦਿੱਤੇ ਗਏ ਨੇ ਤਾਂ ਜੋ ਡੇਰਾ ਰਾਧਾ ਸਵਾਮੀ ਨੂੰ ਵੱਡੀ ਗਿਣਤੀ ਵਿੱਚ ਸ਼ਰਧਾਲੂ ਤੇ ਸਥਾਨਕ ਲੋਕਾਂ ਦੇ ਵੱਲੋਂ ਵਿਰੋਧ ਦੇ ਬਾਵਜੂਦ ਡਿਪਟੀ ਕਮਿਸ਼ਨਰ ਅਮਰਤਸਰ ਦੀ ਨਿਗਰਾਨੀ ਹੇਠ ਨਿਸ਼ਾਨਦੇਹੀ ਦੀ ਸ਼ੁਰੂਆਤ ਹੋ ਚੁੱਕੀ ਹੈ ਜਲਦੀ ਹੀ ਨਿਸ਼ਾਨਦੇਹੀ ਮੁਕੰਮਲ ਕਰਕੇ ਰਿਪੋਰਟ ਕੀਤੀ ਜਾਵੇਗੀ ਮੌਕਾ ਤੇ ਜਪਾ ਕੇ ਜਾਣ ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਹਾਈ ਕੋਰਟ ਦੀ ਇੱਕ ਸਿਵਲ ਰੈਟ ਪਟੀਸ਼ਨ ਦੇ ਸਬੰਧ ਵਿੱਚ ਗੋਲਾ ਬਰੂਦ ਡਿੱਪੂ ਗਿਆਸ ਦੇ ਨਾਲ ਲੱਗਦੇ 1000 ਮੀਟਰ ਦੇ ਘੇਰੇ ਵਿੱਚ ਆਉਂਦੇ ਡੇਰਾ ਰਾਦਾ ਸੋਮੀ ਵਿਆਸ ਦੀ ਕੰਦ ਤੇ ਹੋਰ ਉਸਾਰੀਆਂ ਦੇ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਅਗਲੀ ਵੱਡੀ ਖਬਰ ਹੈ ਜੀ ਹਾਈਵੇਜ਼ ਤੋਂ ਜ਼ਬਰੀ ਜ਼ਮੀਨਾਂ ਖੋਹਣ ਦੇ ਖਿਲਾਫ ਵੱਡਾ ਵਿਰੋਧ। ਭਾਰਤੀ ਕਿਸਾਨ ਯੂਨੀਅਨ, ਏਕਤਾ ਗੁਰਾਹਾਂ ਦੇ ਸੱਦੇ ਤੇ ਕਿਸਾਨ ਰੋਡ ਸੰਘਰਸ਼ ਕਮੇਟੀ ਦੀ ਗਵਾਹੀ ਚ ਜ਼ਬਰੀ ਜ਼ਮੀਨਾਂ ਖੋਹਣ ਤੇ ਪੱਕੀਆਂ ਫਸਲਾਂ ਉਜਾੜਨ ਦੇ ਜਾਬਰ ਕਦਮ ਦਾ ਵਿਰੋਧ ਕਰਨ ਲਈ ਅੱਜ ਪਿੰਡ ਕੋਟਾ ਆਗਾ ਨੇੜੇ ਗੁੱਜਰਵਾਲ ਕਿਸਾਨਾਂ ਦਾ ਵੱਡਾ ਰੋਸ ਪ੍ਰਦਰਸ਼ਨ ਹੋਇਆ। ਹਜ਼ਾਰਾਂ ਕਿਸਾਨਾਂ, ਨੌਜਵਾਨਾਂ ਮਜ਼ਦੂਰਾਂ ਔਰਤਾਂ ਨੇ ਸ਼ਮੂਲੀਅਤ ਕਰਕੇ ਬੀਕੇਜੂ ਇਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੁਗਿੰਦਰ ਉਗਰਾਹਣ ਸੰਬੋਧਨ ਕਰਦਿਆ ਕਿ ਵੱਡੇ ਹਾਈਵੇ ਕਿਸਾਨਾਂ ਮਜ਼ਦੂਰਾਂ ਲਈ ਨਹੀਂ ਸਗੋ ਵੱਡੇ ਕਾਰਪੋਰੇਟਾਂ ਦਾ ਮਾਲ ਸਸਤਾ ਤੇ ਸੁਖਾਲਾ ਟੂਨ ਦੇ ਲਈ ਬਜਾਏ ਜਾ ਰਹੇ ਨੇ ਕਿਸਾਨਾਂ ਦੀਆਂ ਜ਼ਮੀਨਾਂ ਤਾਂ ਕੋਡੀਆਂ ਦੇ ਭਾਤੇ ਖੋਈਆਂ ਜਾ ਰਹੀਆਂ ਹਨ ਤੇ ਨਾ ਹੀ ਕਿਸੇ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਉਗਰਾਹਾਂ ਦੇ ਵੱਲੋਂ ਜਿੱਤ ਤੱਕ ਕਿਸਾਨ ਕੋਲ ਦਾ ਡਟਮਾ ਸਾਥ ਦਿੱਤਾ ਜਾਵੇਗਾ ਸੰਗਰੂਰ ਜਿਮਨੀ ਚੋਣਾ ਸਿਮਰਨਿਤ ਮਾਨ ਨੇ ਜਿੱਤ ਤੋਂ ਬਾਅਦ ਕਿਸ ਕਿਸ ਸਖੀਅਤ ਨੂੰ ਕੀਤਾ ਯਾਦ ਅਗਲੀ ਵੱਡੀ ਖਬਰ ਦੋਸਤੋ ਉਹਨਾਂ ਨੇ ਕਿਹਾ ਕਿ ਅਕਾਲੀ ਕਾਂਗਰਸ ਆਮ ਆਦਮੀ ਪਾਰਟੀ ਵਰਗੀਆਂ ਦਾ ਲੱਕ ਤੋੜ ਦਿੱਤਾ ਹੈ ਬੀਬੀ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਉਸ ਨਾਲ ਸਿੱਖ ਕੌਮ ਪੂਰੀ ਤਰ੍ਹਾਂ ਦੁਨੀਆ ਦੇ ਵਿੱਚ ਫਾਇਦਾ ਹੋਇਆ ਜੀ ਉਹਨਾਂ ਦੇ ਮੁੱਖ ਗੱਲਾਂ ਨੂੰ ਉਹਨਾਂ ਨੇ ਕਿਹਾ ਜੀ ਲੋਕਾਂ ਦੇ ਹੌਂਸਲੇ ਬੁਲੰਦ ਨੇ ਇਹਨਾਂ ਨੇ ਚੁੱਪ ਨਹੀਂ ਕਰਨਾ ਬੜੇ ਚਿਰ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿੱਤ ਹੋਈ ਹੈ ਸਾਡੀ ਪਾਰਟੀ ਦੇ ਵਰਕਰ ਅਤੇ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੇ ਜੋ ਸੇਧ ਦਿੱਤੀ ਹੈ ਉਹ ਅਮਨ ਪਸੰਦ ਤਰੀਕੇ ਦੇ ਨਾਲ ਸੰਘਰਸ਼ ਵਿੱਚ ਰਹਿਣਾ ਤੇ ਇਹ ਉਸ ਦੀ ਜਿੱਤ ਹੋਈ ਹੈ ਦੀਪ ਸਿੰਘ ਸਿੱਧੂ ਸਿੱਧੂ ਮੂਸੇਵਾਲਾ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ ਇਸ ਨਾਲ ਸਿੱਖ ਕੌਮ ਨੂੰ ਪੂਰੀ ਦੁਨੀਆ ਵਿੱਚ ਫਾਇਦਾ ਹੋਇਆ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪਾਟੋ ਤੜ ਦਾ ਸ਼ਿਕਾਰ ਹੋਈ ਕਾਂਗਰਸ ਨੂੰ ਹਾਰ-ਵਾਰ ਲੱਗ ਰਹੇ ਨੇ ਝਟਕੇ ਦੇ ਝਟਕੇ ਆਲ ਇੰਡੀਆ ਕਾਂਗਰਸ ਪਾਰਟੀ ਦੀ ਲੋਕ ਸਭਾ ਸੰਗਰੂਰ ਦੇ ਵਿੱਚ ਪ੍ਰਦਰਸ਼ਨ ਦਿਨੋ ਦਿਨ ਏਠਾਂ ਨੂੰ ਜਾ ਰਿਹਾ ਜਿ ਇਹਨਾਂ ਲੋਕਾਂ ਵੱਲੋਂ ਉਪ ਚੋਣਾ ਚੋਣ ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਹੋਇਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਜਮਾਨਤ ਹੀ ਜਬਤ ਨਹੀਂ ਹੋਈ ਬਲਕਿ ਇਸ ਨੇ 1 ਲੱਖ ਦੇ ਅੰਕੜੇ ਨੂੰ ਛੂਆ ਹੀ ਨਹੀਂ ਤੇ ਕਈ ਵਿਧਾਨ ਸਭਾ ਹਲਕਿਆਂ 'ਚ ਹਾਲਾਤ ਐੇ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕਾਂਗਰਸ ਨੂੰ ਮਾਤ ਦੇ ਦਿੱਤੀ ਗਈ ਤੇ ਕਾਂਗਰਸ ਚੌਥੇ ਸਥਾਨ ਤੇ ਖਿਸਕੀ ਕਾਂਗਰਸ ਦੇ ਉਮੀਦਵਾਰ ਦਲਬੀਰ ਗੋਲਡੀ ਨੂੰ ਮਹਿਜ 80000 ਵੋਟਾਂ ਵੀ ਨਹੀਂ ਪਈਆਂ ਜਿਹੜੀਆਂ ਕਾਂਗਰਸ ਦੇ ਸੰਗਰੂਰ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਅੰਕੜਾ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਲੋਕ ਸਭਾ ਹਲਕਾ ਸੰਗਰੂਰ ਦੇ ਨੌ ਵਿਧਾਨ ਸਭਾ ਹਲਕਿਆਂ ਦੇ ਨਤੀਜੇ ਲੋਕ ਸਭਾ ਸੰਗਰੂਰ ਹਲਕਾ ਦੀ ਜਿਮਨੀ ਚੋਣਾਂ 'ਚ ਬੇਸ਼ੱਕ ਅਕਾਲੀ ਦਲ ਦੇ ਪ੍ਰਧਾਨ ਦੀ ਜਿੱਤ ਹੋਈ ਹੈ ਪਰ ਹਲਕਾ ਸੰਗਰੂਰ ਦੇ ਪੈਂਦੇ ਨੌ ਵਿਧਾਨ ਸਭਾ ਹਲਕਿਆਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਤੂਰੀ ਚਵਾ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਵੋਟਾਂ ਨਾਲ ਲੀਡ ਪ੍ਰਾਪਤ ਕੀਤੀ ਹੈ ਜਦਕਿ ਨਾਲ ਲੱਗਦੇ ਵਿਧਾਨ ਸਭਾ ਹਲਕਾ ਮਲੇਰਕੋਡਲਾ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਆਮ ਆਦਮੀ ਪਾਰਟੀ ਹਾਰੀ ਆ ਤੇ ਹਲਕਾ ਲੋਕ ਸਭਾ ਹਲਕਾ ਸੰਗਰੂਰ ਦੇ ਨੌ ਵਿਧਾਨ ਸਭਾ ਨਤੀਜੇ ਇਸ ਪ੍ਰਕਾਰ ਨੇ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਰਹੀ ਹੈ ਜੀ ਤੂਰੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਅੱਗੇ ਰਹੀ ਹੈ ਸੁਨਾਮ ਦੇ ਵਿੱਚ ਵੀ ਆਮ ਆਦਮੀ ਪਾਰਟੀ ਅੱਗੇ ਰਹੀ ਹੈ ਜੀ ਦੜਬਾ ਦੇ ਵਿੱਚ ਸਿਮਰਨਦੀ ਸਿੰਘ ਮਾਨ 7500 53 ਵੋਟਾਂ ਦੇ ਨਾਲ ਅੱਗੇ ਰਹੇ ਨੇ ਸੋ ਇੰਨੀਆਂ ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਕਿਤੇ ਵੀ ਅੱਗੇ ਨਹੀਂ ਲਈ ਸੋ ਇੱਕੋ ਵਾਰ ਦੇ ਵਿੱਚ ਉਹਨਾਂ ਨੇ ਸਾਰਿਆਂ ਨੂੰ ਥੱਲੇ ਸੁੱਟ ਦਿੱਤਾ ਸੀ ਬਰਨਾਲਾ ਦੇ ਵਿੱਚ ਵੀ ਸਿਮਰਦੀਪ ਸਿੰਘ ਮਾਨ ਦੀ ਲੀਡ ਸੀ ਜੀ ਪਤੌੜ ਦੇ ਵਿੱਚ ਵੀ ਸਿਮਰਨਜੀਤ ਸਿੰਘ ਮਾਨ 7000 ਤੋਂ ਵੱਧ ਵੋਟਾਂ ਨਾਲ ਅੱਗੇ ਰਹੇ ਨੇ ਜੀ ਮਹਿਲਕਲਾ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਰਹੀ ਹੈ ਤੇ ਮਲੇਰ ਕੂਡਲਾ ਦੇ ਵਿੱਚ 8000 ਵੋਟਾਂ ਦੇ ਨਾਲ ਸਿਮਰਨਜੀਤ ਸਿੰਘ ਮਾਨ ਅੱਗੇ ਰਹੇ ਨੇ ਸੰਗਰੂਰ ਲੋਕ ਸਭਾ ਉਪ ਚੋਣਾਂ ਚ ਲੋਕਾਂ ਨੇ ਭਗਵੰਤ ਮਾਨ ਕੇਜਰੀਵਾਲ ਨੂੰ ਦਿਖਾਇਆ ਉਹਨਾਂ ਦਾ ਅਸਲੀ ਜੇ ਰਸ਼ਨੀ ਸ਼ਰਮਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨਾ ਚਮਨੀ ਸ਼ਰਮਾ ਨੇ ਸ਼੍ਰੋਮਣੀ ਅਕਾਲੀ ਦਲ ਅਮਰਤਸਰ ਦੇ ਲੋਕ ਸਭਾ ਉਮੀਦਵਾਰ ਸਿਮਰਨ ਸਿੰਘ ਮਾਨ ਨੂੰ ਸੰਗਰੂਰ ਲੋਕ ਸਭਾ ਜਿਮਨੀ ਚੋਣਾਂ ਚ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਸਿਮਰਨ ਸਿੰਘ ਮਾਨ ਦੇ ਸੰਜੋਗ ਦੇ ਨਾਲ ਦਰਜ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਸਰਕਾਰ ਦੇ ਮੂ ਤੇ ਜ਼ਬਰਦਸਤ ਚਪੇੜ ਹੈ ਸ਼ਰਮਣ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਕੇਵਲ ਚਲੋ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ ਭਾਜਪਾ ਦਾ ਵੋਟ ਬੈਂਕ ਪਹਿਲਾਂ ਨਾਲੋਂ ਬਹੁਤ ਵੱਡਿਆ ਪਿੰਡਾਂ ਦੇ ਵਿੱਚ ਭਾਜਪਾ ਦੇ ਝੰਡੇ ਤੇ ਪ੍ਰਚਾਰ ਸਮਗਰੀ ਪਿੰਡਾਂ ਦੇ ਵਿੱਚ ਬੂਥ ਲੱਗਣੇ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਸਿਮਰਦੀਪ ਸਿੰਘ ਮਾਨ ਦੀ ਜਿੱਤ ਮਗਰੋਂ ਵਰਕਰਾਂ ਨੇ ਟਰੈਕਟਰ ਪਿੱਛੇ ਝਾੜੂ ਬੰਨ ਕੇ ਕਸੀਟਿਆ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸਿਮਰਦੀਪ ਸਿੰਘ ਮਾਨ ਦੀ ਜਿੱਤ ਪਿੱਛੋਂ ਬਜ਼ੁਰਗਾਂ ਨੇ ਮਾਰੀ ਸਿੱਧੂ ਮੂਸੇਵਾਲਾ ਦੇ ਅੰਦਾਜ਼ ਦੇ ਵਿੱਚ ਥਾਪੀ ਆਪ ਉਮੀਦਵਾਰ ਗੁਰਮੇਲ ਸਿੰਘ ਕਰਾਚੋ ਲੋਕ ਸਭਾ ਸੰਗਰੂਰ ਹਲਕੇ ਦੀ ਜਿਮਨੀ ਚੋਣ ਵਿੱਚ ਮਾਨ ਦੇ ਕੋਲੋਂ 5822 ਵੋਟਾਂ ਦੇ ਨਾਲ ਹਾਰ ਗਏ ਨੇ ਭਗ ਸਿਮਰਦੀਪ ਸਿੰਘ ਮਾਨ ਨੇ ਜਿੱਤ ਦਾ ਸੇਰਾ ਨੌਜਵਾਨਾਂ ਨੂੰ ਦਿੱਤਾ ਹੈ ਦੱਸਦੀ ਹੈ ਕਿ ਗੁਰਮੇਲ ਸਿੰਘ ਕਰਾਚੋ ਸੰਗ ਲੋਕ ਸਭਾ ਹਲਕੇ ਸੰਗਰੂਰ ਦੇ ਵਿੱਚ ਜਿਮਨੀ ਚੋਣਾਂ ਚ ਹਾਰ ਚੁੱਕੇ ਨੇ ਪੱਤੇ ਤੇ ਡੀਏ 34% ਦੇਣ ਦੀ ਮੰਗ ਹੈ ਜੀ ਪੰਜਾਬ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਫਾਜ਼ਿਲਕਾ ਦੀ ਮੀਟਿੰਗ ਤਹਿਸੀਲ ਕੰਪਲੈਕਸ ਸਥਿਤ ਪੈਨਸ਼ਨਰਜ਼ ਭਵਨ ਕਾਰਜਕਾਰੀ ਪ੍ਰਧਾਨ ਕੇਵਲ ਕ੍ਰਿਸ਼ਨ শেਠੀ ਦੀ ਪ੍ਰਧਾਨਗੀ ਹੇਠਾਂ ਹੋਈ ਇਸ ਮੀਟਿੰਗ ਦੇ ਦੌਰਾਨ ਐਸੋਸੀਏਸ਼ਨ ਵੱਲੋਂ ਲੰਬੇ ਸਮੇਂ ਤੋਂ ਲੜਕੀਆਂ ਆ ਰਹੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਸੂਬਾਈ ਕਮੇਟੀ ਵੱਲੋਂ ਹਾਲੀ ਦੇ ਵਿੱਚ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ ਗਈ ਤਾਂ ਇਸ ਵਜ੍ਹਾ ਕਰਕੇ YouTube ਤੋਂ ਹਟਾਇਆ ਗਿਆ ਸਿੱਧੂ ਮੂਸੇਵਾਲੇ ਦਾ SYL ਖਬਰ ਸਾਹਮਣੇ ਆ ਰਹੀ ਹੈ ਕਿ ਇਸ ਨੂੰ ਸਰਕਾਰ ਦੇ ਇਤਰਾਜ਼ ਕਾਰਨ ਗੀਤ ਨੂੰ ਹਟਾ ਦਿੱਤਾ ਗਿਆ ਹੈ ਜੀ ਸਦੂ ਮੂਸੇਵਾਲਾ ਦੇ ਇਸ ਗੀਤ ਚ ਕਿਸਾਨ ਅੰਦੋਲਨ ਲਾਲ ਕਿਲਾ ਪੰਜਾਬ ਹਰਿਆਣਾ ਵਿੱਚ ਚੱਲੇ ਚੱਲ ਰਿਹਾ ਐਸਵਾਈਲ ਮੁੱਦੇ ਨੂੰ ਹਵਾ ਦਿੱਤੀ ਗਈ ਸੀ ਯੂਪੀ ਚੋਣਾਂ ਜਿਮਣੀ ਚੋਣਾਂ ਚ ਭਾਜਪਾ ਦੀ ਵੱਡੀ ਜਿੱਤ ਅਜਮਗੜ ਰਾਜਪੁਰ ਰਾਮਪੁਰ ਤੋਂ ਹੋਈ ਜਿੱਤ 10 ਲੋਕ ਸਭਾ ਸੀਟਾਂ ਤੇ 7 ਵਿਧਾਨ ਸਭਾ ਸੀਟਾਂ ਲਈ ਹੋਈਆਂ ਜਿਵੇਂ ਨੀ ਚੋਣਾਂ ਦੇ ਨਤੀਜੇ ਐਲਾਨੇ ਗਏ ਨੇ ਯੂਪੀ ਦੇ ਆਜਮਗੜ ਤੇ ਰਾਮਪੂਰਾ ਦੇ ਵਿੱਚ ਲੋਕ ਸਭਾ ਸੀਟ ਤੇ ਭਾਜਪਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਰਾਮਪੂਰਾ ਦੇ ਵਿੱਚ ਭਾਜਪਾ ਦੇ ਕਰਨ ਸ਼ਾਮ ਲੋਧੀ ਤੇ ਸਪਾ ਉਮੀਦਵਾਰ ਸੀਮ ਰਾਜਨ ਨੂੰ 42000 ਵੋਟਾਂ ਦੇ ਨਾਲ ਹਰਾ ਦਿੱਤਾ ਹੈ ਸਿੱਖਿਆ 보ਡ ਵੱਲੋਂ 12ਵੀਂ ਦੇ ਨਤੀਜੇ 27 ਜੂਨ ਨੂੰ ਐਲਾਨੇ ਜਾਵੇਗਾ ਜੀ ਵੱਡੀ ਖਬਰ ਬੀਬੀ ਕਰਨਜੀਤ ਕੌਰ ਨੇ ਸ਼੍ਰੋਮਣੀ ਕਾਲਜਦਲ ਬਾਦਲ ਦੀ ਹਾਰ ਤੇ ਸੁਖਬੀਰ ਬਾਦਲ ਨੂੰ ਠਹਿਰਾਇਆ ਜ਼ਿੰਮੇਵਾਰ ਬੀਬੀ ਕਰਨ ਜੋ ਉਤਨੇ ਆਪਣੀ ਫੇਸਬੁੱਕ ਪੋਸਟ ਸ਼ੇਅਰ ਕਰਦੇ ਲਿਖਿਆ ਇਹਨਾਂ ਦੇ ਜਬਦਾ ਹੈ ਕਿ ਮਸਲਾ ਇਹ ਨਹੀਂ ਕਿ ਅਕਾਲੀ ਹਾਰ ਗਿਆ ਪਹਿਲਾਂ ਹੀ ਅਕਾਲੀ ਉਮੀਦਵਾਰ ਦੀ ਜਵਾਨ ਤਜਬਤ ਹੋਣ ਦਾ ਅੰਦਾਜ਼ਾ ਸੀ ਮਸਲਾ ਇਹ ਕਿ ਪੰਜਵੇਂ ਸਥਾਨ ਤੇ ਪਾਰਟੀ ਨੂੰ ਲਿਆਉਣ ਦੇ باوجود ਸੁਖਬੀਰ ਬਾਦਲ ਪ੍ਰਧਾਨਗੀ ਤੋਂ ਲੰਬੇ ਹੋਣ ਨੂੰ ਤਿਆਰ ਨਹੀਂ ਮਲੇਰ ਕੋਟਲਾ ਵਾਲਿਆਂ ਨੇ ਪਾਈਆਂ ਮਾਰ ਨੂੰ ਖੁੱਲ ਕੇ ਵੋਟਾਂ ਬਰਨਾਲਾ ਦੇ ਡੱਬਾ ਦੇ ਵਿੱਚ ਵੀ ਵੱਧ ਬੋਟਾ ਪਈਆਂ ਨੇ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇ ਦਲਬੀਰ ਗੋਲਡੀ ਤੇ ਬੀਬੀ ਕਮਲਦੀਪ ਕੌਰ ਸਣੇ 14 ਉਮੀਦਵਾਰਾਂ ਦੀਆਂ ਜ਼ਮਾਨਤਾਂ ਹੀ ਜਬਤ ਹੋ ਗਈਆਂ। ਸੰਗਰੂਰ ਦਾ ਨਤੀਜਾ ਜੀ ਆਪ ਦੇ ਖਿਲਾਫ ਲੋਕਾਂ ਦਾ ਫਤਵਾ ਕਾਂਗਰਸ ਨੇ ਦਿੱਤਾ ਵੱਡਾ ਬਿਆਨ। ਫਿਰੋਜ਼ਪੁਰ ਪੁਲਿਸ ਦੀ ਨਸ਼ਾ ਤਸਕਰਾ ਖਿਲਾਫ ਵੱਡੀ ਕਾਰਵਾਈ 2 ਕਿਲੋ ਹੈਰੋਇਨ ਪਿਸਤੌਲ ਤੇ ਡਰੱਗ ਮਨੀ ਸਮੇਤ ਤਿੰਨ ਗ੍ਰਿਫਤਾਰ। ਟਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰਾ ਦੇ ਖਿਲਾਫ ਵੱਡੀ ਕਾਰਵਾਈ ਕਰਦਾ 2 ਕਿਲੋ ਹੈਰੋਇਨ ਇੱਕ ਦੇਸੀ ਪਿਸਤੌਲ 5 ਲੱਖ ਰੁਪਏ ਡਰੱਗ ਮਨੀ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ। ਸੋਹਲ ਨੇ ਦੱਸਿਆ ਕਿ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਸਬ ਇੰਸਪੈਕਟਰ ਮੁਖ ਅਫਸਰ ਗਰਮੀਤ ਸਿੰਘ ਦੀ ਗਵਾਹੀ ਦੇ ਅਨੁਸਾਰ ਵਿੱਚ ਟੀਮ ਨੂੰ ਇਲਾਕੇ ਅੰਦਰ ਨਸ਼ਾ ਤਸਕਰਾਂ ਦੀ ਆਮਦ ਸੰਬੰਧੀ ਗੁਪਤ ਸੂਚਨਾ ਮਿਲੀ ਜਦੋਂ ਤਲਾਸ਼ੀ ਲਈ ਗਈ ਗਸ਼ਤ ਕੀਤੀ ਗਈ ਤਾਂ ਫਿਰ ਸੰਦੀਪ ਸਿੱਪੀ ਗਰਜੀਤ ਜੀਤਾ ਸਾਗਰ ਨਸ਼ਾ ਵੇਚਣ ਦੇ ਆਦੀ ਨੇ ਤੇ ਮੋਟਰਸਾਈਕਲ ਤੇ ਹਿਰੋਇਨ ਪਿਸਤੌਲ ਦੇ ਸਮੇਤ ਫਿਰੋਜ਼ਪੁਰ ਵੱਲ ਆ ਰਹੇ ਨੇ ਜਿਨ੍ਹਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਤੇ 2.5 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਜੇ ਇੱਕ ਦੇਸੀ ਪਿਸਤੌਲ ਤਿੰਨ ਮੈਗਜ਼ੀਨ ਪੰਜ ਲੱਖ ਰੁਪਏ 15 ਰਾਉਂਡ 2 ਛੋਟੇ ਕੰਪਿਊਟਰ ਕੰਡੇ ਤੇ 3 ਮੋਬਾਈਲ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਜੀ। ਯੂਪੀ ਤੋਂ ਲਿਆਂਦੇ ਸਨ ਪਿਸਤੌਲ ਦੋ ਕਿਸੇ ਹੋਰ ਨੂੰ ਵਿਚੇ ਗਏ ਨੇ। ਨਸ਼ਾ ਮੁਕਤ ਹੋਣ ਦਾ ਦਾਵਾ ਕੋਕਲਾ ਪੰਜਾਬ ਤੋਂ 3 ਮਹੀਨਿਆਂ ਦੇ ਕਾਰਨ ਨਸ਼ਾ 3 ਮਹੀਨਿਆਂ ਜੋ ਨਸ਼ਾ ਕਰਨ ਸੌ ਤੋਂ ਵੱਧ ਮੌਤਾਂ ਮਰਨ ਵਾਲਿਆਂ ਚ 90% ਦੀ ਸਨ ਨੌਜਵਾਨ ਸੋ ਵੱਡੀ ਦੁੱਖ ਦੀ ਖਬਰ ਹੈ। ਸਭ ਤੋਂ ਵੱਧ ਬਠਿੰਡਾ ਦੇ ਵਿੱਚ ਮੌਤਾਂ ਹੋਈਆਂ ਨੇ ਸਿਆਸਤ ਬਹੁਤ ਹੋਈ ਪਰ ਨਸ਼ਾ ਹਾਲੇ ਤੱਕ ਖਤਮ ਨਹੀਂ ਹੋਇਆ। ਰੋਜ਼ਪੁਰ ਦੇ ਵਿੱਚ 10 ਹੋਊਗੀਆਂ ਨੇ ਜੇ ਬਠਿੰਡਾ ਦੇ ਵਿੱਚ 16 ਬਰਨਾਲਾ ਚ 11 ਤੇ ਮੋਗਾ ਚ 11 ਐ ਫਰੀਦਕੋਟ ਚ 2 ਮੌਤਾਂ ਹੋ ਚੁੱਕੀਆਂ ਨੇ ਸਿਮਰਜਨ ਸਿੰਘ ਮਾਨ ਦੀ ਸਿਹਤ ਬਿਲਕੁਲ ਠੀਕ ਠਾਕ ਹੈ ਇਮਾਨ ਸਿੰਘ ਮਾਨ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਸਿਮਰਜਨ ਸਿੰਘ ਮਾਨ ਦੀ ਤਬੀਅਤ ਬਿਲਕੁਲ ਠੀਕ ਠਾਕ ਹੈ ਉਹਨਾਂ ਦੇ ਸੁਪੁੱਤਰ ਇਮਾਨ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਖਾਂਸੀ ਨਜ਼ਲਾ ਜ਼ੁਕਾਮ ਹੋਇਆ ਸੀ ਹੁਣ ਉਹ ਠੀਕ ਨੇ ਫਿਲਹਾਲ ਆਰਾਮ ਕਰ ਰਹੇ ਨੇ ਐਮਪੀ ਰਵਨੀਤ ਬਿੱਟੂ ਨੇ ਕੀਤਾ ਟਵੀਟ ਕਿਹਾ ਲੋਕਾਂ ਦਾ ਫਤਵਾ ਹਮੇਸ਼ਾ ਹੀ ਸਰਵ ਉੱਚ ਹੁੰਦਾ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਉਹਨਾਂ ਨੇ ਲਿਖਿਆ ਕਿ ਸੁਖਬੀਰ ਬਾਦਲ ਪੰਨੂ ਤੇ ਰਾਜੋਆਣਾ ਨੂੰ ਆ ਕੇ ਆਪਣੇ ਉਮੀਦਵਾਰ ਦੀ ਜਮਾਨਤ ਜਪਤ ਹੋਣ ਦੀ ਜਪਤ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫਿਰ ਸ਼ਹੀਦ ਬੈਂਤ ਸਿੰਘ ਦੇ ਕਾਤਲਾਂ ਨੂੰ ਉਹਨਾਂ ਦੀ ਅਸਲੀ ਜਗ੍ਹਾ ਦਿਖਾ ਕੇ ਬੈਂਤ ਸਿੰਘ ਨੂੰ ਸ਼ਰਧਾਂਜਲੀ ਪੇਸ਼ ਕੀਤੀ ਹੈ। ਪੰਜਾਬ ਸਰਕਾਰ ਵੱਲੋਂ 2004 ਤੋਂ ਬਾਅਦ ਭਾਰਤੀ ਮੁਲਾਜ਼ਮਾਂ ਦੇ ਨਾਲ ਕੀਤਾ ਗਿਆ ਵੱਡਾ ਤੋਖਾ ਜਨ ਨੂੰ ਹੁਣ ਦਿੱਤਾ ਵੱਡਾ ਬਿਆਨ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਧੰਨਵਾਦ